So in this video of models auxiliary verbs, we will discuss may, might, and might have. As we can see that these were these model verbs are very confusing. So it is important to know how to use these model verbs. Take care. whether it is may, might, or might have. So I am going to <clears throat> discuss the previous uh, discuss the previous video that was about. How uh, that was about the use of models. Okay, these were the models can, could, and so on. You can see this video in our description. The link is available in description. So all these model verbs suggest these things which are permission, ability, possibility, suggestion or advice, promise, intention, request, necessity or compulsion, prohibition, wish, pray or duty. See, okay, these are the uh, suggestions that model verbs can give. These are very important in IELTS task two. That is why I'm making this video for the students. Okay, now we uh, now let's let us see that how to use these uh, may and might, may and might mo uh, model verbs. Okay, first of all, uh, let's discuss about the possibility. Okay, we can use may or might in term of possibility. okay let us see that it it may or might rain ਇੱਥੇ ਅਸੀਂ ਕਹਿ ਸਕਦੇ ਆ ਕਿ ਇਟ ਮੇ অর ਮਾਈ ਟ੍ਰੇਨ ਇਟ ਇਜ਼ ਅਬਾਊਟ ਦਾ ਨੀਅਰੈਸਟ ਪੋਸੀਬਲ ਨੀਅਰੈਸਟ ਪੋਸੀਬਲ ਫਿਊਚਰ ਓਕੇ ਹੀ ਮੇ ਮਾਈਟ ਗੋ ਟੂ ਦਿੱਲੀ ਟਮੋਰੋ ਉਹ ਕੱਲ ਉਹ ਦਿੱਲੀ ਜਾ ਸਕਦਾ ਹੈ ਇੱਥੇ ਜਦੋਂ ਅਸੀਂ ਕਹਿਣਾ ਹੋਵੇ ਕਿ ਉਹ ਦਿੱਲੀ ਜਾ ਸਕਦਾ ਹੈ ਇੱਥੇ ਫੇਰ ਅਸੀਂ ਕਹਾਂਗੇ ਕਿ ਹੀ ਮੇ অর ਮਾਈਟ ਗੋ ਟੂ ਦਿੱਲੀ ਠੀਕ ਹੈ ਇਕੀ ਐਕਸਪ੍ਰੈਸ ਕਰਦੇ ਆ ਪੌਸਿਬਿਲਟੀ ਕਿਹੜੀ ਹੁੰਦੀ ਇਹਨਾਂ ਦੇ ਵਿੱਚ ਪੌਸਿਬਿਲਟੀ ਹੁੰਦੀ ਆ ਕਿ ਨੀਅਰ ਫਿਊਚਰ ਦੀ ਔਰ ਨੀਅਰ ਪ੍ਰੈਜ਼ੈਂਟ ਜਿਹੜਾ ਪੌਸਿਬਲ ਪ੍ਰੈਜ਼ੈਂਟ ਔਰ ਨੀਅਰ ਫਿਊਚਰ ਦੀ ਪੌਸਿਬਿਲਟੀ ਨੂੰ ਮੇ ਐਂਡ ਮਾਈਟ ਜੋ ਆ ਐਕਸਪ੍ਰੈਸ ਕਰਦੇ ਸਾਰੇ ਵਰਡਸ ਸੋ ਇਹ ਕੁਝ ਸੈਂਟੈਂਸ ਜੋ ਹੈਗੇ ਮੈਂ ਇੱਥੇ ਲਿਖੇ ਹੋਏ ਆ ਇਟ ਮੇ ਮਾਈਟ ਰੇਨ ਇਟ ਮੇ ਮਾਈਟ ਗੋ ਹੀ ਮੇ ਮਾਈਟ ਗੋ ਟੂ ਦਿੱਲੀ ਟੁਮੋਰੋ ਇੱਥੇ ਦੋਈ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਮੇ ਔਰ ਮਾਈਟ ਨੈਕਸਟ ਹੈਗਾ ਯੂ ਮੇ ਫੇਲ ਠੀਕ ਹੈ ਯੂ ਮੇ ਫੇਲ ਇਥੇ ਤੁਸੀਂ ਫੇਲ ਹੋ ਸਕਦੇ ਹੋ ਯੂ ਮੇ ਫਾਲ ਸੋਰੀ ਯੂ ਮੇ ਫਾਲ ਤੁਸੀਂ ਗਿਰ ਸਕਦੇ ਹਾਂ ਇਥੇ ਨੈਕਸਟ ਹੈਗਾ ਤਰਨ ਸੈਡ ਦੈਟ ਸ਼ੀ ਮਾਈਟ ਗੋ देयर ਤਰਨ ਕੀ ਕਹਿ ਰਹੀ ਆ ਕਿ ਉਹ ਉੱਥੇ ਜਾਵੇਗੀ ਠੀਕ ਹੈ ਇਹ ਹੈਗੀ ਆ ਪੋਸੀਬਿਲਟੀ ਉਹਦੀ ਫਿਊਚਰ ਦੀ ਪੋਸੀਬਿਲਟੀ ਹੋ ਗਈ ਨੈਕਸਟ ਹੈਗਾ ਆ ਫਸਟ ਹੈਗਾ ਸਾਡਾ ਫਸਟ ਬੱਚਾ ਜਿਸ ਕਿਸ ਕਿਸ ਕੀਤਾ ਕਿ ਪੋਸੀਬਿਲਟੀ ਦੇ ਲਈ ਆਪਾਂ ਯੂਜ਼ ਕਰਦੇ ਮੇਂਡ ਮਾਈਟ ਨੂੰ ਨੈਕਸਟ ਦੇਖਦੇ ਆ ਕੀ ਹੈ ਪਰਮਿਸ਼ਨ ਦੇ ਲਈ ਅਸੀਂ ਮੇਂਡ ਮਾਈਟ ਯੂਜ਼ ਕਰਦੇ ਆ ਬਟ ਜ਼ਿਆਦਾਤਰ ਪਰਮਿਸ਼ਨ ਦੇ ਲਈ ਕੀ ਹੁਣ ਯੂਜ਼ ਕਰਦੇ ਆ ਮੇ ਹੀ ਯੂਜ਼ ਕਰਦੇ ਓਕੇ ਸੋ lettes see the sentences may i come in ਓਕੇ ਇਹਦਾ ਆਨਸਰ ਕੀ ਹੋ ਸਕਦਾ yes you may come in ਠੀਕ ਹੈ ਨੈਕਸਟ ਹੈਗਾ ਇਹ ਪਰਮਿਸ਼ਨ ਵਾਲੀ ਸੈਂਸ ਹੋ ਗਈ ਨੈਕਸਟ ਦੇਖੋ ਕੀ ਆ wish or pray ਜਦੋਂ ਅਸੀਂ ਵਿਸ਼ ਕਰਨੀ ਆ ਜਾਂ ਪ੍ਰੇ ਕਰਨੀ ਆ ਕਿਸੇ ਨੂੰ ਆਪਣੀਆਂ ਸ਼ੁਭ ਇੱਛਾਵਾਂ ਦੇਣੀਆਂ ਉਸ ਤਰ੍ਹਾਂ ਦੇ ਸੈਂਟੈਂਸ ਦੇ ਵਿੱਚ ਵੀ ਅਸੀਂ ਮੇ ਯੂਜ਼ ਕਰਦੇ ਹਾਂ ਓਕੇ ਲੈਟਸ ਸੀ ਦੈਟ ਮੇ ਯੂ ਲਿਵ ਲੌਂਗ ਥਿਸ ਇਜ਼ ਅ ਵਿਸ਼ ਕਿਸੇ ਨੂੰ ਵਿਸ਼ ਕੀਤਾ ਹੋਇਆ ਅਸੀਂ ਠੀਕ ਹੈ ਨੈਕਸਟ ਹੈਗਾ ਮੇ ਗੋਡ ਬlesਸ ਯੂ ਇਹ ਹੈਗੀ ਆ ਪ੍ਰੇਅਰ ਅਸੀਂ ਪ੍ਰੇ ਕੀਤੀ ਹੋਈ ਕਿਸੇ ਦੇ ਲਈ ਕਿ ਮੇ ਗੋਡ ਮੇ ਗੋਡ ਬlesਸ ਯੂ ਕਿ ਪ੍ਰਮਾਤਮਾ ਤੁਹਾਨੂੰ ਬlesਸਿੰਗਸ ਦੇਵੇ ਸੋ ਨੈਕਸਟ ਦੇਖਦੇ ਹਾਂ ਨੈਕਸਟ ਹੈਗਾ ਪਰਪਸ ਏਹ ਹੁਣ ਮੇਂ ਐਂਡ ਮਾਈਟ ਜਿਹੜੇ ਆ ਪਰਪਸ ਦੱਸਣ ਦੇ ਲਈ ਵੀ ਯੂਜ਼ ਹੋ ਸਕਦੇ ਆ ਜਿਵੇਂ ਕਿ ਸ਼ੀ ਵਰਕਸ ਹਾਰਡ ਸੋ ਥੈਟ ਸ਼ੀ ਮੇ ਪਾਸ ਹੁਣ ਦੇਖੋ ਇਹਨਾਂ ਸੈਂਟੈਂਸਸ ਦੇ ਵਿੱਚ ਸਾਰੇ ਸੈਂਟੈਂਸਸ ਦੇ ਵਿੱਚ ਮੇ ਹੀ ਜ਼ਿਆਦਾਤਰ ਯੂਜ਼ ਹੋ ਰਿਹਾ ਹੈ ਠੀਕ ਹੈ ਸ਼ੀ ਵਰਕਸ ਸੋ ਹਾਰਡ ਥੈਟ ਸ਼ੀ ਮੇ ਪਾਸ ਕਿਉਂ ਪਾਸ ਹੋ ਜਵੇ ਉਹ ਇੰਨੀ ਜ਼ਿਆਦਾ ਮਿਹਨਤ ਤਾਂ ਕਰਦੀ ਆ ਪਰਪਸ ਉਹਦਾ ਕੀ ਹੈ ਮਿਹਨਤ ਕਰਨ ਦਾ ਥੈਟ ਸ਼ੀ ਮੇ ਪਾਸ ਨੈਕਸਟ ਦੇਖੋ ਸ਼ੀ ਕੇਮ ਸੋ ਥੈਟ ਸ਼ੀ ਮਾਈਟ ਸੀ ਮੀ ਇੱਥੇ ਹੋ ਗਿਆ ਹੁਣ ਆਪਣੇ ਕੋਲ ਮਾਈਟ ਯੂਜ਼ ਹੋ ਗਿਆ ਉਹ ਇੱਥੇ ਆਈ ਤਾਂ ਕਿ ਉਹ ਮੈਨੂੰ ਦੇਖ ਸਕੇ ਹੁਣ ਦੇਖੋ ਇੱਥੇ ਕੇਮ ਲੱਗਾ ਹੋਇਆ ਜਾਨਕਿ ਪਾਸਟ ਦੀ ਸੈਂਸ ਜਿਹੜੀ ਆ ਉਹ ਬਣ ਰਹੀ ਹੈ ਠੀਕ ਹੈ ਜਦੋਂ ਆਪਣੇ ਕੋਲ ਪਾਸਟ ਦੀ ਸੈਂਸ ਹੋਵੇ ਉੱਥੇ ਆਪਾਂ ਮਾਈਟ ਯੂਜ਼ ਕਰ ਸਕਦੇ ਹਾਂ ਠੀਕ ਹੈ ਆਦਰਵਾਈਜ਼ ਆਪਾਂ ਕੀ ਕਰਦੇ ਹਾਂ ਮੇ ਹੀ ਜ਼ਿਆਦਾ ਯੂਜ਼ ਕਰਦੇ ਹਾਂ ਬਟ ਜਦੋਂ ਪਰਮਿਸ਼ਨ ਦੇਣੀ ਆ ਜਾਂ ਆਪਾਂ ਵਿਸ਼ ਕਰਨੀ ਆ ਔਰ ਪ੍ਰੇ ਕਰਨੀ ਆ ਉੱਥੇ ਅਸੀਂ ਦੇਖੋ ਪਹਿਲਾਂ ਕੀ ਕੀਤਾ ਮੇ ਦਾ ਯੂਜ਼ ਹੀ ਕੀਤਾ ਹੋਇਆ ਸਾਰਿਆਂ ਦੀ ਜਗ੍ਹਾ ਦੇ ਉੱਤੇ ਠੀਕ ਹੈ ਇਹ ਕਨਫਿਊਜ਼ਿੰਗ ਹੁੰਦੀ ਹੈ ਇੱਥੇ ਨੈਕਸਟ ਦੇਖਦੇ ਹਾਂ ਨੈਕਸਟ ਹੈਗੀ ਰਿਮੋਟ ਪੋਸੀਬਿਲਟੀ ਰੀਮੋਟ ਪੌਸਿਬਿਲਟੀ ਹੁੰਦੀ ਹੈ ਕੋ ਜੋ ਜਿੱਥੇ ਅਸੀਂ ਬਹੁਤ ਘੱਟ ਪੌਸਿਬਿਲਟੀ ਹੋਵੇ ਉੱਥੇ ਅਸੀਂ ਆਪਾਂ ਕੀ ਯੂਜ਼ ਕਰਨਾ ਮਾਈਟ ਯੂਜ਼ ਕਰਦਾ ਹੁਣ ਦੇਖੋ ਇੱਕ ਸਿੰਪਲ ਜੀ ਚੀਜ਼ ਤੁਹਾਨੂੰ ਮੈਂ ਪਹਿਲਾਂ ਦੱਸ ਦੇਵਾਂ ਕਿ ਜਿਹੜਾ ਮੇ ਆ ਉਹ ਜ਼ਿਆਦਾਤਰ 90% ਕੇਸਸ ਦੇ ਵਿੱਚ ਅਸੀਂ ਕਿੱਥੇ ਯੂਜ਼ ਕਰਦੇ ਹਾਂ ਜਿੱਥੇ ਕਿ ਮੋਰ ਪੌਸਿਬਿਲਟੀ ਹੋਵੇ ਜਿੱਥੇ ਕਿ ਪੌਸਿਬਿਲਟੀ ਜ਼ਿਆਦਾ ਹੋਵੇ ਬਹੁਤ ਜ਼ਿਆਦਾ ਹੋਵੇ ਮਾਈਟ might ਜਦੋਂ ਅਸੀਂ ਯੂਜ਼ ਕਰਦੇ ਹਾਂ ਉੱਥੇ ਕੀ ਹੁੰਦੀ ਆ ਪੌਸਿਬਿਲਟੀ ਹੁੰਦੀ ਆ ਲੈਸਰ ਹੁੰਦੀ ਆ ਲੈਸ ਪੌਸਿਬਿਲਟੀ ਹੁੰਦੀ ਬਸ ਆਹੀ ਜ਼ਿਆਦਾ ਫਰਕ ਹੈ ਪੌਸਿਬਿਲਟੀ ਦੋਈ ਜਗ੍ਹਾ ਤੇ ਹੁੰਦੀ ਆ ਬਟ ਮਾਈਟ ਦੇ ਵਿੱਚ ਪੌਸਿਬਿਲਟੀ ਘੱਟ ਹੁੰਦੀ ਆ ਰਿਮੋਟ ਪੌਸਿਬਿਲਟੀ ਉਹੀ ਲੈਸ ਪੌਸਿਬਿਲਟੀ ਹੀ ਹੋ ਗਈ ਇੱਥੇ ਵੀ ਹੁਣ ਇਟ ਮਾਈਟ ਰੇਨ ਰੇਨ ਹੋ ਸਕਦੀ ਬਟ ਸੰਭਾਵਨਾ ਬਹੁਤ ਜ਼ਿਆਦਾ ਘੱਟ ਹੈ ਨੈਕਸਟ ਹੀ ਮਾਈਟ ਹੀ ਮਾਈਟ ਬੀ ਸਲੀਪਿੰਗ ਨਾਓ ਉਹ ਹੁਣ ਸੌਂ ਰਿਹਾ ਉਹ ਸ਼ਾਇਦ ਹੁਣ ਸੌਂ ਰਿਹਾ ਹੋਵੇਗਾ ਠੀਕ ਹੈ ਇਹ ਹੈਗੀ ਬਟ ਪੌਸਿਬਿਲਟੀ ਘੱਟ ਹੈ ਲਿਖਿਆ ਇਸ ਤਰੀਕੇ ਦੇ ਨਾਲ ਸੀ ਸਾਰੇ ਸੈਂਟੈਂਸਸ ਟੈਕਲ ਕਰਨੇ ਆ ਨਾਰਮਲੀ ਬੋਥ ਮੇ ਐਂਡ ਮਾਈਟ ਕੈਨ ਬੀ ਯੂਜ਼ ਟੂ ਐਕਸਪ੍ਰੈਸ ਪੋਸਿਬਿਲਟੀ ਪ੍ਰੈਜ਼ੈਂਟ ਐਂਡ ਫਿਊਚਰ ਪ੍ਰੈਜ਼ੈਂਟ ਐਂਡ ਫਿਊਚਰ ਦੀਆਂ ਪੋਸਿਬਿਲਟੀਆਂ ਨੂੰ ਉਹ ਦਰਸਾਉਂਦੇ ਆ ਮੇ ਐਂਡ ਮਾਈਟ ਹਾਊਏਵਰ ਮਾਈਟ ਇਜ਼ ਯੂਜ਼ਡ ਵੈਨ ਦਾ ਰਿਪੋਰਟਿੰਗ ਵਰਬ ਇਜ਼ ਇਨ ਦਾ ਪਾਸਟ only could might ਜਿਹੜਾ ਅਸੀਂ ਕਿੱਥੇ ਯੂਜ਼ ਕੀਤਾ ਵੈਨ ਦਾ ਰਿਪੋਰਟਿੰਗ ਵਰਬ ਇਜ਼ ਇਨ ਦਾ ਪਾਸਟ ਜਿਹੜਾ ਉਹ ਪਾਸਟ ਦੇ ਵਿੱਚ ਹੈ ਫਾਰ ਇਗਜ਼ਾਮਪਲ ਇੱਥੇ ਆਪਾਂ ਗੱਲ ਕੀਤੀ ਸੀ ਰਿਪੋਰਟਿੰਗ ਵਰਬ ਜਿਹੜਾ ਉਹ ਪਾਸਟ ਦੇ ਵਿੱਚ ਹੈ ਦੈਨ ਆਪਾਂ ਯੂਜ਼ ਕੀਤਾ ਮਾਈਟ ਬਟ ਰੈਸਟ ਆਫ ਦੀ ਕੇਸਸ ਦੇ ਵਿੱਚ ਅਸੀਂ ਮੇ ਹੀ ਜ਼ਿਆਦਾ ਯੂਜ਼ ਕੀਤਾ ਠੀਕ ਹੈ ਹੁਣ ਦੇਖੋ ਸਭ ਤੋਂ ਜਿਹੜੀ ਜ਼ਿਆਦਾ ਕਨਫਿਊਜ਼ਿੰਗ ਚੀਜ਼ ਆ ਉਹ ਹੈਗੀ ਆ ਮੇ ਹੈਵ অর ਮਾਈਟ ਹੈਵ ਜੋ ਕਿ ਇਹਨਾਂ ਦੇ ਵਿੱਚੋਂ ਸਾਰਾ ਤੋਂ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ ਠੀਕ ਹੈ ਸੋ ਇਹ ਜਿਹੜਾ ਸਮ ਟਾਈਮਸ ਮੇ ਐਂਡ ਮਾਈਟ ਹੈਵ ਗਿਵ ਦਾ ਆਪੋਜ਼ਿਟ ਸੈਂਸ of the action opposite sense the ability as you can use made might no otherwise they are used in they are used to express the possibility desirability relating to the past action past action the ability uh, possibility the desirability no express kar de may have or might have okay let us see the examples he might have left yesterday he may have left yesterday koi bhi tusi use kar sakte मे हैव ऑर माइट हैव दोनों ही सही है तो ये एक्सप्रैस की करता है इट इज़ पॉसीबल ही लैफ्ट ओके इट इज़ पॉसीबल ही लैफ्ट पॉसीबिलिटी दर आ, शो कर रहा है पॉसीबिलिटी शो कर रहा है दैट दैस दिस परसन मे हैव लैफ्ट ओके okay? लैफ्ट हो जा, एक, आ, जा चुका है नैक्सट देखते हैं सेंटेंस योसीबिलिटी है लैफ्ट ਕਿ ਉਹ ਜਾ ਚੁੱਕਾ ਹੈ ਇੱਥੇ ਦੀ ਪੌਸਿਬਿਲਟੀ ਇਹ ਹੋਵੇ ਨੈਕਸਟ ਸੈਂਟੈਂਸ ਦੇਖਦੇ ਆ ਇੱਕ ਇੰਪੋਰਟੈਂਟ ਸੈਂਟੈਂਸ ਹੀ ਮਾਈਟ ਹੈਵ ਫੇਲਡ ਇਹ ਹੁਣ ਦੇਖੋ ਇੱਥੇ ਕੀ ਆ ਪੌਸਿਬਿਲਟੀ ਇਟ ਇਜ਼ ਪੌਸਿਬਲ ਹੀ ਫੇਲਡ ਓਕੇ ਇਟ ਇਜ਼ ਪੌਸਿਬਲ ਥੈਟ ਹੀ ਫੇਲਡ ਇਹ ਕੀ ਪੌਸਿਬਿਲਟੀ ਦਿਖਾ ਰਿਹਾ ਕਿ ਇਹ ਬੰਦਾ ਜਿਹੜਾ ਉਹ ਫੇਲ ਹੋ ਗਿਆ ਠੀਕ ਹੈ ਇਹ ਵੀ ਪਾਸਟ ਦਾ ਹੀ ਐਕਸ਼ਨ ਹੋ ਗਿਆ ਠੀਕ ਹੈ ਨੈਕਸਟ ਦੇਖਦੇ ਆ ਨੈਕਸਟ ਇੱਕ ਸੈਂਟੈਂਸ ਦੇਖ ਲੈਣੇ ਆ ਕਿ ਬੈਟਰ ਯੂ ਮਾਈਟ ਨਾਟ ਹੈਵ ਰਿਵੀਲਡ ਦ ਸੀਕ੍ਰੈਟ ਹੁਣ ਇਹ ਕੀ ਆ ਦ ਸੀਕ੍ਰੀਟ واਜ਼ ਰਿਵੀਲਡ ਹੁਣ ਇਹ ਕੀ ਦਰਸਾ ਰਿਹਾ ਹੈ ਕਿ ਬੈਟਰ ਯੂ ਮਾਈਟ ਨਾਟ ਹੈਵ ਰਿਵੀਲਡ ਦ ਸੀਕ੍ਰੀਟ ਕਿ ਚੰਗਾ ਹੁੰਦਾ ਜੇ ਤੁਸੀਂ ਸੀਕ੍ਰੀਟ ਨਾ ਰਿਵੀਲ ਕਰਦੇ ਠੀਕ ਹੈ ਬਟ ਹੁਣ ਇੱਥੇ ਸਾਨੂੰ ਦਿਖ ਕੀ ਰਿਹਾ ਹੈ ਕਿ ਸੀਕ੍ਰੀਟ ਜਿਹੜਾ ਉਹ ਰਿਵੀਲ ਹੋ ਚੁੱਕਾ ਹੈ ਠੀਕ ਹੈ ਇਸ ਤਰੀਕੇ ਦੇ ਸੈਂਟੈਂਸਸ ਦੇ ਵਿੱਚ ਆਪਾਂ ਮਾਈਟ ਯੂਜ਼ ਕੀਤਾ might have ਤੇ may have ਜਿਹੜੇ ਆ ਯੂਜ਼ ਕੀਤੇ ਆਪਾਂ ਦੇਖੋ ਹਣੇ ਤੇ ਫੀਲਡਸ ਜਿਗਾ ਏ ਸੈਂਸ ਦੇ ਵਿੱਚ ਵੀ ਆਪਾਂ ਜਿਹੜਾ ਉਹ ਮਾਈਟ ਹੀ ਯੂਜ਼ ਕੀਤਾ ਔਰ ਦੇਖੋ ਇੱਥੋਂ ਸਾਨੂੰ ਕੀ ਪਤਾ ਲੱਗਾ ਜ਼ਿਆਦਾਤਰ ਸੈਂਟੈਂਸਸ ਦੇ ਵਿੱਚ ਜਦੋਂ ਪਾਸਟ ਦੀ ਗੱਲ ਹੋ ਰਹੀ ਤਾਂ ਆਪਾਂ ਮਾਈਟ ਯੂਜ਼ ਕਰਦੇ ਆ ਪ੍ਰੈਜ਼ੈਂਟ ਔਰ ਫਿਊਚਰ ਦੀ ਗੱਲ ਹੁੰਦੀ ਤਾਂ ਅਸੀਂ ਮੇ ਯੂਜ਼ ਕਰਦੇ ਠੀਕ ਹੈ ਜੋ ਇੱਥੇ ਤੱਕ ਸਾਨੂੰ 90% ਕੇਸਸ ਦੇ ਵਿੱਚ ਐਂਡ 10% ਕੀ ਆ ਐਕਸੈਪਸ਼ਨ ਆ ਐਕਸੈਪਸ਼ਨ ਇਜ਼ ਆਲਵੇਸ देयर ਸੋ ਆਪਾਂ ਇਹ ਜਿਹੜੀਆਂ ਪੌਸਿਬਿਲਟੀਜ਼ ਨੂੰ ਸਾਰਿਆਂ ਨੂੰ ਤੁਸੀਂ ਆਨਲਾਈਨ ਸਰਚ ਕਰਕੇ ਵੀ ਸਾਰੀਆਂ ਦੇਖਣੀ ਹੈ ਹੋਰ ਸੈਂਟੈਂਸਸ ਵੀ ਆਪਣੇ ਆਪ ਟਰਾਈ ਕਰਕੇ ਦੇਖਣੀ ਹੈ ਠੀਕ ਹੈ ਸੋ ਇਸ ਤਰੀਕੇ ਦੀ ਇੰਗਲਿਸ਼ ਗ੍ਰਾਮਰ ਦੀਆਂ ਵੀਡੀਓਜ਼ ਲਈ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ ਆਰ ਡੀ ਸੀ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ